ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਟੀਵੀ 'ਤੇ। ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਧਰਮਵੀਰ ਗਾਂਧੀ ਨੇ, ਜਿਨ੍ਹਾਂ ਨੇ ਬੀਤੇ ਦਿਨ ਆਪਣਾ ਐਫੀਡੈਵਿਟ ਇਲੈਕਸ਼ਨ ਕਮਿਸ਼ਨ ਦੇ ਅੱਗੇ ਪੇਸ਼ ਕੀਤਾ, ਉਸ ਐਫੀਡੈਵਿਟ ਦੇ ਵਿੱਚ ਧਰਮਵੀਰ ਗਾਂਧੀ ਨੇ ਆਪਣੀ ਪੂਰੀ ਜਾਇਦਾਦ ਦਾ, ਆਪਣੀ ਚਲ ਸੰਪਤੀ ਅਤੇ ਅਚਲ ਸੰਪਤੀ ਦਾ ਬਿਊਰਾ ਦਿੱਤਾ। ਉਹਦੇ ਵਿੱਚ ਧਰਮਵੀਰ ਗਾਂਧੀ ਦੱਸਦੇ ਨੇ ਕਿ ਉਹਨਾਂ ਦੇ ਕੋਲ ਕੈਸ਼ ਇਨ ਹੈਂਡ ਇਸ ਵੇਲੇ 70,000 ਰੁਪਏ ਹੈ, ਉਹਨਾਂ ਦੀ ਪਤਨੀ ਦੇ ਕੋਲ ਕੈਸ਼ ਇਨ ਹੈਂਡ 60,000 ਰੁਪਏ ਹੈ। ਗੱਡੀਆਂ ਦਾ ਬਿਊਰਾ ਦਿੰਦੇ ਹੋਏ ਧਰਮਵੀਰ ਗਾਂਧੀ ਨੇ ਦੱਸਿਆ ਕਿ ਉਹਨਾਂ ਦੇ ਕੋਲ ਇੱਕ ਹੁੰਡਾਏ ਦੀ ਸਿਡਾਨ ਕਾਰ ਹੈ ਜਿਹਦੀ ਕੀਮਤ 5 ਲੱਖ ਰੁਪਏ ਹੈ, ਇੱਕ ਟੋਇਟਾ ਇਨੋਵਾ ਗੱਡੀ ਵੀ ਹੈਗੀ ਹੈ ਉਹਨਾਂ ਦੇ ਕੋਲ, ਜਿਨ੍ਹਾਂ ਦੀ ਕੀਮਤ 20 ਲੱਖ ਰੁਪਏ ਹੈ। ਡਾਕਟਰ ਧਰਮਵੀਰ ਗਾਂਧੀ ਨੇ ਅੱਗੇ ਦੱਸਿਆ ਕਿ ਉਹਨਾਂ ਦੇ ਕੋਲ ਤਾਂ ਗਹਿਣੇ ਕੋਈ ਨਹੀਂ ਹੈਗੇ, ਪਰ ਉਹਨਾਂ ਦੀ ਪਤਨੀ ਦੇ ਕੋਲ ਗਹਿਣੇ ਹੈਗੇ ਨੇ ਜਿਹਦੀ ਕੀਮਤ ਬਣਦੀ ਹੈ 7,80,000 ਰੁਪਏ। ਇਹ ਚਲ ਸੰਪਤੀ ਦੀ ਜਾਣਕਾਰੀ ਹੈ ਜਿਹੜੀ ਧਰਮਵੀਰ ਗਾਂਧੀ ਨੇ ਦਿੱਤੀ ਹੈ, ਜਿਹਦੇ ਵਿੱਚ ਬੈਂਕ ਦੇ ਵਿੱਚ ਖਾਤੇ ਦੇ ਵਿੱਚ ਜਿਹੜੇ ਪੈਸੇ ਜਮ੍ਹਾਂ ਹੁੰਦੇ ਨੇ ਜਾਂ ਕੋਈ ਹੋਰ ਤਰ੍ਹਾਂ ਦੀ ਇਨਵੈਸਟਮੈਂਟਸ ਹੋਵੇ, ਜਿਹੜੀਆਂ ਮੂਵੇਬਲ ਐਸੈਟਸ ਹੁੰਦੀਆਂ ਨੇ, ਇਹਦੀ ਕੁੱਲ ਕੀਮਤ ਧਰਮਵੀਰ ਗਾਂਧੀ ਦੀ ਆਪਣੀ ਮੂਵੇਬਲ ਐਸੈਟਸ ਦੀ ਕੀਮਤ ਬਣਦੀ ਹੈ 1,49,47,695 ਰੁਪਏ। ਉਹਨਾਂ ਦੀ ਪਤਨੀ ਦੀ ਮੂਵੇਬਲ ਐਸੈਟਸ ਦੀ ਕੀਮਤ ਬਣਦੀ ਹੈ 3,68,178,190 ਰੁਪਏ। ਇਹ ਦੋਵਾਂ ਦੀ ਮੂਵੇਬਲ ਐਸੈਟਸ ਦੀ ਮੈਂ ਜਾਣਕਾਰੀ ਤੁਹਾਨੂੰ ਦਿੱਤੀ। ਇਸੇ ਤਰ੍ਹਾਂ ਇਮੂਵੇਬਲ ਐਸੈਟਸ ਜਿਹਦੇ ਵਿੱਚ ਐਗਰੀਕਲਚਰ ਲੈਂਡ, ਰੈਜੀਡੈਂਸ਼ੀਅਲ ਬਿਲਡਿੰਗਸ, ਕਮਰਸ਼ੀਅਲ ਬਿਲਡਿੰਗਸ ਆ ਜਾਂਦੇ ਨੇ, ਜ਼ਮੀਨ ਜਾਇਦਾਦ ਦੀ ਗੱਲ ਕਰ ਰਹੇ ਹਾਂ, ਉਹਦੇ ਵਿੱਚ ਧਰਮਵੀਰ ਗਾਂਧੀ ਕੋਲ 2,60,00,000 ਰੁਪਏ ਦੀ ਜਾਇਦਾਦ ਉਹਨਾਂ ਦੇ ਨਾਮ 'ਤੇ ਹੈ, ਜ਼ਮੀਨ ਜਾਇਦਾਦ। ਔਰ ਡਾਕਟਰ ਧਰਮਵੀਰ ਗਾਂਧੀ ਦੀ ਪਤਨੀ ਦੇ ਕੋਲ ਵੀ 1,66,00,000 ਰੁਪਏ ਦੀ ਜ਼ਮੀਨ ਜਾਇਦਾਦ ਹੈ। ਇਹ ਮੂਵੇਬਲ ਔਰ ਇਮੂਵੇਬਲ ਡਾਕਟਰ ਧਰਮਵੀਰ ਗਾਂਧੀ ਦੀ ਔਰ ਉਹਨਾਂ ਦੀ ਪਤਨੀ ਦੀ ਜੇ ਆਪਾਂ ਜੋੜ ਕਰੀਏ ਤਾਂ ਗ੍ਰੈਂਡ ਟੋਟਲ ਇਹਦਾ ਬਣਦਾ 8 ਕਰੋੜ ਤੋਂ ਵੱਧ ਦੀ ਜਾਇਦਾਦ ਇਸ ਵੇਲੇ ਧਰਮਵੀਰ ਗਾਂਧੀ ਔਰ ਉਹਨਾਂ ਦੀ ਪਤਨੀ ਦੀ ਮਿਲਾ ਕੇ ਹੈ। ਧਰਮਵੀਰ ਗਾਂਧੀ 'ਤੇ ਕੋਈ ਵੀ ਕਰਜ਼ਾ ਨਹੀਂ ਹੈਗਾ। ਅਮੂਮਨ ਜਿੰਨੇ ਵੀ ਐਫੀਡੈਵਿਟ ਆਉਂਦੇ ਨੇ ਕੁਛ ਨਾ ਕੋਈ ਲਾਇਬਿਲਿਟੀ ਨਜ਼ਰ ਆਉਂਦੀ ਹੈ ਬਾਕੀ ਉਮੀਦਵਾਰਾਂ ਦੇ ਐਫੀਡੈਵਿਟ ਦੇ ਵਿੱਚ, ਪਰ ਧਰਮਵੀਰ ਗਾਂਧੀ ਦੇ ਐਫੀਡੈਵਿਟ ਦੇ ਵਿੱਚ ਕੋਈ ਵੀ ਲਾਇਬਿਲਿਟੀ, ਨਾ ਤਾਂ ਗੌਰਮੈਂਟ ਡਿਊਸ, ਨਾ ਹੀ ਕਿਸੇ ਹੋਰ ਤਰ੍ਹਾਂ ਦਾ ਕੋਈ ਕਰਜ਼ਾ ਜਿਹੜਾ ਉਹਨਾਂ ਦੇ ਸਿਰ 'ਤੇ ਹੈ। 8 ਕਰੋੜ ਤੋਂ ਵੱਧ ਜਿਹੜੀ ਹੈ ਜਾਇਦਾਦ ਉਹਨਾਂ ਦੀ ਟੋਟਲ ਬਣ ਜਾਂਦੀ ਹੈ ਉਹਨਾਂ ਦੇ, ਉਹਨਾਂ ਦੀ ਪਤਨੀ ਦੀ ਮਿਲਾ ਕੇ, ਤਾਂ ਇਹ ਧਰਮਵੀਰ ਗਾਂਧੀ ਦੀ ਜਾਇਦਾਦ ਦਾ ਉਹਨਾਂ ਦੇ ਐਫੀਡੈਵਿਟ ਦਾ ਪੂਰਾ ਬਿਊਰਾ ਜਿਹਦੇ ਵਿੱਚ ਉਹਨਾਂ ਨੇ ਅਚਲ ਤੇ ਚਲ ਸੰਪਤੀ ਦੀ ਜਾਣਕਾਰੀ ਦਿੱਤੀ ਹੈ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।